ਹਾਂ ਜੀ, ਸਾਡੇ ਰਿਸ਼ਤੇਦਾਰ ਸੀ ਇੱਕ। ਆਪਣਾ ਨਾਮ ਵੀ ਦੱਸੋ। ਹਾਂ, ਮੇਰਾ ਨਾਮ ਜਗਵੀਰ ਆ ਜੀ। ਹਾਂਜੀ, ਮੇਰਾ ਨਾਮ ਜਗਵੀਰ ਆ ਅਤੇ ਮੈਂ ਰਾਤੀ ਸਾਡੇ ਰਿਸ਼ਤੇਦਾਰ ਸਾਡੇ ਭੈਣ ਹੀ ਲੱਗਦੀ ਆ, ਉਹ ਮਿਲੀ ਸੀਗੀ ਅਤੇ ਉਹ ਕਹਿੰਦੀ ਵੀ ਤੁਸੀਂ ਬਹੁਤ ਇਹ ਗਲਤੀ ਕੀਤੀ, ਵੱਡੀ ਗਲਤੀ ਕੀਤੀ ਵੀ ਜਿਹੜਾ ਤੁਸੀਂ ਇਹ ਧਰਮ ਛੱਡ ਕੇ ਦੂਜੇ ਧਰਮ 'ਚ ਗਏ ਹੋ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਭੈਣੇ, ਮੈਂ ਤਾਂ ਅੱਗੇ ਵੱਟਾਂ ਦੀ ਘਾਹ ਖੋਦਦਾ ਫਿਰਦਾ ਰਿਹਾ ਅਤੇ ਮੈਨੂੰ ਤਾਂ ਹੁਣ ਪ੍ਰਭੂ ਹੀ ਹੁਣ ਮਿਲਿਆ ਵਾ, ਅਤੇ ਵੀ ਮੈਂ ਤਾਂ ਇੰਨਾ ਖੁਸ਼ ਰਹਿੰਦਾ ਅਤੇ ਮੇਰੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ ਅਤੇ ਮੈਂ ਹੋਰ ਸਭ ਪਾਸਿਓਂ ਆਨੰਦ ਮਾਣਦਾ ਵਾਂ, ਮੈਨੂੰ ਕੋਈ ਦੁੱਖ ਤਕਲੀਫ ਨਹੀਂ ਅਤੇ ਮੈਂ ਖੁਸ਼ੀ ਹਾਂ। ਉਹ ਕਹਿੰਦੀ, ਸਾਡੀ ਜਿਹੜੀ ਸਿਸਟਰ ਲੱਗਦੀ ਆ, ਉਹ ਕਹਿੰਦੀ ਵੀ ਤੁਸੀਂ ਉੱਤੇ ਜਾ ਕੇ ਕੀ ਜਵਾਬ ਦੇਵੋਗੇ। ਮੈਂ ਕਿਹਾ ਵੀ ਪ੍ਰਭੂ ਹੀ ਹੁਣ ਸਾਨੂੰ ਤਾਂ ਮਿਲਿਆ, ਵੀ ਪ੍ਰਭੂ ਦੇ ਪੈਰ ਹੀ ਹੁਣ ਅਸੀਂ ਤਾਂ ਫੜੇ ਆ, ਵੀ ਅੱਗੇ ਭੁੱਲੇ ਹੀ ਫਿਰਦੇ ਰਹੇ ਹਾਂ। ਅਤੇ ਜਿਹਨੂੰ ਜਵਾਬ ਦੇਣਾ ਉਹ ਤੁਸੀਂ ਮੈਨੂੰ ਦੱਸ ਰਹੇ ਸੀ ਹੈ ਜੀ ਕਿ ਉਹਨੂੰ ਜਿਹਨੂੰ ਜਵਾਬ ਹਾਂ ਜਿਹਨੂੰ ਅਸੀਂ ਜਵਾਬ ਦੇਣਾ ਵਾ, ਉਹ ਕਹਿੰਦੀ ਵੀ ਤੁਸੀਂ ਉੱਪਰ ਕੀ ਜਵਾਬ ਦੇਵੋਗੇ। ਮੈਂ ਕਿਹਾ ਵੀ ਉੱਪਰ ਜਵਾਬ ਜਿਹਨੂੰ ਦੇਣਾ, ਜਿਹਨੇ ਜਵਾਬ ਸਵਾਲ ਜਵਾਬ ਪੁੱਛਣੇ ਆ, ਉਹ ਤਾਂ ਸਾਨੂੰ ਹੁਣ ਲੱਭਿਆ ਵਾ, ਅੱਗੇ ਤਾਂ ਅਸੀਂ ਹੋਰ ਪਾਸੇ ਤੁਰੇ ਫਿਰਦੇ ਰਹੇ ਹਾਂ, ਵੀ ਹੁਣ ਅਸੀਂ ਜਵਾਬ ਉਹਨੂੰ ਹੀ ਦੇਣਾ ਵਾ, ਉਹੀ ਸਭ ਕੁਛ ਕਰਨ ਯੋਗ ਆ, ਥੱਲੇ ਵੀ ਅਤੇ ਅਸਮਾਨ ਦੇ ਵਿੱਚ ਵੀ, ਉੱਤੇ ਵੀ ਅਤੇ ਥੱਲੇ ਧਰਤੀ 'ਤੇ ਵੀ। ਅਤੇ ਫਿਰ ਕਹਿੰਦੀ ਉਹਦਾ ਤੁਹਾਡੀ ਮਰਜ਼ੀ ਆ। ਮੈਂ ਕਿਹਾ ਵੀ ਤੁਸੀਂ ਵੀ ਇੱਧਰ ਆ ਜਾਓ, ਆਉਣਾ ਨਾ ਆਉਣਾ ਤੁਹਾਡੀ ਖੁਸ਼ੀ ਆ। ਉਹ ਕਹਿੰਦੇ ਨਾ ਨਾ ਨਾ, ਅਸੀਂ ਸਾਡੇ ਕੋਲ ਨਾ ਆਉਂਦਾ।